ਪਾਰਲੀਮੈਂਟ ਤੁਸੀਂ ਪਹੁੰਚੇ, ਤੁਹਾਡੇ ਅੱਖਾਂ ਸਾਹਮਣੇ ਰਾਹੁਲ ਗਾਂਧੀ ਬੈਠੇ ਹੋਏ ਸੀ। ਹਾਂਜੀ ਬੈਠੇ ਸੀ, ਅੱਖਾਂ ਨਾਲ ਅੱਖਾਂ ਮਿਲੀਆਂ, ਆਈ ਕੰਟੈਕਟ ਨਹੀਂ ਹੋਇਆ। ਜਦੋਂ ਤੁਸੀਂ ਕੋਈ ਗੱਲਬਾਤ ਕੀਤੀ ਜਾਂ ਕੋਈ ਗੱਲਬਾਤ ਕਰੋਗੇ ਰਾਹੁਲ ਗਾਂਧੀ ਦੇ ਨਾਲ? ਮੈਂ ਜੀ ਤੁਰਿਆ ਆਉਂਦਾ ਸੀ ਤੇ ਇਕੱਲਾ ਹੀ ਸੀ, ਲੌਬੀ ਚੋਂ ਬਾਹਰ ਆਇਆ ਮੈਂ, ਅੰਦਰ ਜਿੱਥੇ ਬੈਠੇ ਸੀ ਲੌਬੀ ਚ ਜਾਂਦਾ ਸੀ ਤੁਰਿਆ, ਉਧਰੋਂ ਇਹ ਦੋ ਜਣੇ ਆਉਂਦੇ ਸੀ, ਹੋਰ ਕੋਈ ਨਹੀਂ ਸੀ ਲੌਬੀ ਚ। ਮੈਨੂੰ ਆਵਾਜ਼ ਆਈ, ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਕੌਣ ਬੋਲਿਆ? ਤੇ ਮੈਨੂੰ ਕਹਿੰਦਾ ਸਤਿ ਸ੍ਰੀ ਅਕਾਲ ਜੀ। ਮੈਂ ਕਿਹਾ ਫਤਿਹ ਜੀ। ਕੌਣ ਬੋਲਿਆ? ਰਾਹੁਲ ਗਾਂਧੀ। ਰਾਹੁਲ ਗਾਂਧੀ ਨੇ ਤੁਹਾਨੂੰ ਸਤਿ ਸ੍ਰੀ ਅਕਾਲ? ਸਤਿ ਸ੍ਰੀ ਅਕਾਲ ਬੁਲਾਈ, ਮੈਂ ਪਹਿਲਾਂ ਨੋਟਿਸ ਨਹੀਂ ਕੀਤਾ ਕੌਣ ਹੈ, ਉਹਨੇ ਦੁਬਾਰਾ ਬੁਲਾਈ, ਰਿਪੀਟ ਕੀਤੀ ਮੇਰੇ ਵੱਲ ਦੇਖ ਕੇ, ਤੁਸੀਂ ਕਿਹਾ ਸਤਿ ਸ੍ਰੀ ਅਕਾਲ? ਹਾਂ, ਫਿਰ ਮੈਂ ਜਵਾਬ ਦੇਤਾ, ਕੋਈ ਉਹਦੇ ਚ ਮਾੜੀ ਗੱਲ ਨਹੀਂ। ਹੋਰ ਗੱਲਬਾਤ ਹੋਈ? ਸ਼ਾਇਦ ਉਹਨੂੰ ਇਹ ਰਿਲਾਈਜ਼ ਹੋਵੇ ਉਹਦੇ ਮਨ ਦੇ ਵਿੱਚ, ਕੀ ਪਤਾ ਬਈ ਜੋ ਮੇਰੀ ਦਾਦੀ ਨੇ ਕੀਤਾ ਸੀ ਗਲਤ ਸੀ, ਇਹ ਵੀ ਤਾਂ ਗੱਲ ਹੋ ਸਕਦੀ ਹੈ ਨਾ, ਕੀ ਪਤਾ ਉਹਦੇ ਮਨ ਦੇ ਵਿੱਚ ਗੱਲ ਹੋਵੇ, ਤਾਂ ਹੀ ਤਾਂ ਉਹ ਦਰਬਾਰ ਸਾਹਿਬ ਜਾ ਕੇ ਸੇਵਾ ਕਰਦਾ ਹੈ। ਰਾਹੁਲ ਗਾਂਧੀ ਨੂੰ ਪਤਾ ਹੈ ਕਿ ਸਰਬਜੀਤ ਸਿੰਘ ਖਾਲਸਾ ਕੌਣ ਹੈ? ਬਿਲਕੁਲ ਬਿਲਕੁਲ ਪਤਾ ਹੈ ਜੀ ਉਹਨੂੰ, ਉਹਨੂੰ ਕਿਉਂ ਨਹੀਂ ਪਤਾ, ਹੁਣ ਤਾਂ ਸਭ ਤੋਂ ਪਹਿਲਾਂ ਪਤਾ ਹੋਊਗਾ। ਤੁਸੀਂ ਜਦੋਂ ਰਾਹੁਲ ਗਾਂਧੀ ਨਾਲ, ਹੁਣ ਤਾਂ ਸਤਿ ਸ੍ਰੀ ਅਕਾਲ ਤਾਂ ਸ਼ੁਰੂਆਤ ਹੋ ਗਈ, ਸ਼ੁਰੂਆਤ ਆਪਣੇ ਪੰਜਾਬ 'ਚ ਹੁੰਦੀ ਵੀ ਇੱਦਾਂ ਹੀ ਹੈ, ਤੁਸੀਂ ਕੁਛ ਉਹਨਾਂ ਨੂੰ ਕਹਿਣਾ ਚਾਹੋਗੇ ਜਾਂ ਕਦੀ ਗੱਲ ਮਿਲਣਾ ਚਾਹੋਗੇ, ਜੱਫੀ ਪਾਉਣਾ ਚਾਹੋਗੇ, ਜਾਂ ਉਹ ਤੁਹਾਨੂੰ ਅਗਰ, ਕਿਉਂਕਿ ਰਾਹੁਲ ਗਾਂਧੀ ਅਸੀਂ ਦੇਖਿਆ ਪਾਰਲੀਮੈਂਟ 'ਚ ਵੀ ਕਈ ਵਾਰੀ ਗੱਲ ਲਗਾ ਲੈਂਦੇ ਆ, ਮੁਹੱਬਤ ਦੀ ਦੁਕਾਨ ਦਾ ਜ਼ਿਕਰ ਕਰਦੇ ਆ, ਤੁਸੀਂ ਉਹ ਤੁਹਾਨੂੰ ਗੱਲ ਲਗਾਉਣਗੇ, ਗੱਲ ਮਿਲ ਕੇ ਉਹ ਸਾਰੀਆਂ ਚੀਜ਼ਾਂ ਖਤਮ? ਨਹੀਂ ਜੀ, ਐਸੀ ਗੱਲ ਤਾਂ ਨਹੀਂ ਹੈ, ਜੋ ਮੁੱਦੇ ਹੈ ਉਹ ਤਾਂ ਹੈ ਹੀ ਹੈ। ਹੁਣ ਐਵੇਂ ਹੈ ਨਾ, ਮੈਂ ਵੀ ਜਿੱਦਾਂ ਹੁਣ ਮੇਰੇ ਅੱਗੇ ਹੀ ਆ ਕੇ ਖੜ ਗਿਆ, ਗੱਲ ਹੀ ਲੱਗ ਗਿਆ ਕਰਨ, ਫਿਰ ਮੈਂ ਇਗਨੋਰ ਵੀ ਨਹੀਂ ਨਾ ਕਰ ਸਕਦਾ। ਅਤੇ ਬਾਕੀ ਮੇਰੇ ਮਨ 'ਚ ਇਹ ਕੋਈ ਨਹੀਂ ਹੈ ਜੀ ਬਈ ਜਿਵੇਂ ਮੈਂ ਉਹਨੂੰ ਕੋਈ ਉਹ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ। ਸਾਰਿਆਂ ਨੂੰ ਪਤਾ ਹੈ, ਲੇਕਿਨ ਕੁਛ ਜਿਹੜੇ ਨਵੇਂ ਨੌਜਵਾਨ ਮੁੰਡੇ ਨੇ ਜਿਨ੍ਹਾਂ ਨੂੰ ਉਹ ਵਾਕਿਆ ਨਹੀਂ ਪਤਾ, ਤੁਹਾਡੀ ਕਿੰਨੀ ਉਮਰ ਸੀਗੀ ਜਾਂ ਉਸ ਵੇਲੇ ਦਾ ਵਾਕਿਆ ਕੋਈ ਗੱਲਬਾਤ ਤੁਹਾਡੇ ਪਰਿਵਾਰ 'ਚੋਂ ਕਿਸੇ ਨੇ ਤੁਹਾਡੇ ਨਾਲ ਸਾਂਝਾ ਕੀਤਾ ਹੋਵੇ ਕਿ ਉਸ ਵੇਲੇ ਪਰਿਵਾਰ 'ਚ ਕਹਿ ਕੇ ਗਏ ਸੀ ਕੀ ਕੁਛ ਸੀਗਾ, ਉਹ ਥੋੜ੍ਹਾ ਜਿਹਾ ਇੱਕ ਵਾਰੀ ਦੱਸ ਦਿੰਦਾ। ਇਹ ਨਾ ਪਹਿਲਾਂ ਤਾਂ ਇਹਨਾਂ ਦੀ ਲਾਈਫ ਸੀ ਸਿੰਪਲ, ਠੀਕ ਹੈ, ਜਿਵੇਂ ਇੱਕ ਅਫੀਸ਼ੀਅਲ ਪੁਲਿਸ ਵਾਲੇ ਦੀ ਹੁੰਦੀ ਹੈ, ਠੀਕ ਹੈ। ਤੇ ਇਹਨਾਂ ਦੀ ਡਿਊਟੀ ਸੀ ਇੰਦਰਾ ਗਾਂਧੀ ਨਾਲ, ਇਹਨਾਂ ਦੀ ਕਈ ਵਾਰੀ ਡਿਊਟੀ ਆਲੇ ਦੁਆਲੇ ਲਾ ਦਿੰਦੇ ਸੀ, ਪਰ ਇਹ ਖੁਦ ਆਪਣੀ ਡਿਊਟੀ ਇੰਦਰਾ ਗਾਂਧੀ ਨਾਲ ਲਵਾ ਕੇ ਖੁਸ਼ ਸੀਗੇ ਸ਼ੁਰੂ ਤੋਂ, ਕਿਉਂਕਿ ਕਹਿੰਦੇ ਪਹਿਲਾਂ ਇੰਦਰਾ ਗਾਂਧੀ ਸ਼ਾਇਦ ਸਿੱਖਾਂ ਨੂੰ ਪਿਆਰ ਵੀ ਬਹੁਤ ਕਰਦੀ ਸੀ, ਕਈ ਸਾਰੇ ਅਫਸਰ ਸਿੱਖ ਆਪਣੇ ਆਲੇ ਦੁਆਲੇ ਲਗਾ ਕੇ ਇੰਦਰਾ ਗਾਂਧੀ ਰੱਖਦੀ ਸੀ। ਹਾਂ, ਤੇ ਉਹ ਖੁਸ਼ ਵੀ ਸੀਗੇ, ਇੱਕ ਉਹਨਾਂ ਨੂੰ ਇਹ ਸੀ ਬਈ ਜੇ ਮੈਂ ਇੰਦਰਾ ਗਾਂਧੀ ਨਾਲ ਐ ਤਾਂ ਮੈਂ ਮਤਲਬ ਚਲੋ ਥਾਣਿਆਂ ਤੋਂ ਉੱਪਰ ਉੱਠ ਕੇ ਆ ਵੀ ਮੈਂ ਜਿੱਥੇ ਮਰਜ਼ੀ ਪੂਰੇ ਦੇਸ਼ 'ਚ ਕੰਮ ਕਰਵਾ ਸਕਦਾ ਹੈ ਜਾਂ ਮੇਰੀ ਅਲੱਗ ਪਹਿਚਾਣ ਹੈ। ਹਾਂ, ਤੇ ਫਿਰ ਅੱਛਾ ਉਹ ਅਸਲ ਗੱਲ ਪਤਾ ਕਿ ਉਹ ਕੇਪੇਬਲ ਬਹੁਤ ਸੀ, ਉਹ ਇੰਟੈਲੀਜੈਂਟ ਸੀਗੇ ਬਹੁਤ ਜ਼ਿਆਦਾ, ਤੇ ਤਾਂ ਹੀ ਇੰਦਰਾ ਗਾਂਧੀ ਦੇ ਨੇੜੇ ਸੀ। ਅਫਸਰ ਉਸੇ ਬੰਦੇ ਨੂੰ ਲਾਈਕ ਕਰਦਾ ਜਿਹੜਾ ਕੇਪੇਬਲ ਹੋਵੇ। ਫਿਰ ਉਹ ਇੰਦਰਾ ਗਾਂਧੀ ਬਾਹਰ ਵੀ ਜਾਂਦੀ ਸੀ, ਨਾਲ ਲੈ ਕੇ ਜਾਂਦੀ ਸੀ। ਤੇ ਜਦੋਂ ਹੁਣ ਇੰਦਰਾ ਗਾਂਧੀ ਆ ਸਾਰਾ ਕੁਛ ਹੋਣ ਤੋਂ ਪਹਿਲਾਂ ਜਪਾਨ ਗਈ ਸੀ, ਉੱਥੋਂ ਸਾਡੇ ਫਾਦਰ ਦੋ ਕਲਰ ਟੀਵੀ, ਦੋ VCR ਲੈ ਕੇ ਆਏ ਸੀ, ਹੋਰ ਬਹੁਤ ਕੁਛ ਲੈ ਕੇ ਆਏ ਸੀ, ਕਿਉਂਕਿ ਉਹਨਾਂ ਦਾ ਨਾ ਬਹੁਤ ਵਧੀਆ ਸੀਗਾ, ਮਤਲਬ ਲੋਕਾਂ ਦੇ ਘਰਾਂ 'ਚ ਬਲੈਕ ਐਂਡ ਵਾਈਟ TV ਨਹੀਂ ਸੀ ਹੁੰਦੇ, ਸਾਡੇ ਘਰੇ ਦੋ ਕਲਰ TV ਸੀ, ਮਤਲਬ ਬਹੁਤ ਵਧੀਆ ਲਾਈਫ ਚੱਲਦੀ ਸੀ। ਇਹ ਤਾਂ ਜਦੋਂ ਇੰਦਰਾ ਗਾਂਧੀ ਨੇ ਅਟੈਕ ਕੀਤਾ ਨਾ, ਤੇ ਉਸ ਤੋਂ ਬਾਅਦ ਜਦੋਂ ਸਾਡੇ ਫਾਦਰ ਸਾਹਿਬ ਦੇਖ ਕੇ ਆਏ ਹੈ, ਦਰਸ਼ਨ ਕਰਕੇ ਆਏ, ਬਸ ਇਹਨਾਂ ਦਾ ਉਦੋਂ ਹੀ ਮਨ ਬਦਲ ਗਿਆ, ਪਤਾ ਨਹੀਂ ਇਹਨਾਂ ਦੇ ਮਨ 'ਚ ਕੀ ਆਇਆ, ਇਹਨਾਂ ਨੇ ਨਹੀਂ ਕਿਸੇ ਨੂੰ ਦੱਸਿਆ, ਇਹ ਤਾਂ ਸਡਨਲੀ ਇਹਨਾਂ ਨੇ ਜਦ ਦੇਖਿਆ
ਬਸ ਇਹਨਾਂ ਦਾ ਮਨ ਬਦਲ ਗਿਆ, ਇਹਨਾਂ ਨੇ ਮਨ ਹੀ ਮਨ ਧਾਰ ਲਿਆ ਬਈ ਹੁਣ ਇਹਦਾ ਬਦਲਾ ਮੈਂ ਲਊਗਾ। ਉਸ ਤੋਂ ਪਹਿਲਾਂ ਪਿਆਰ ਸੀ ਬਹੁਤ ਜੀ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਫਿਰ ਤਾਂ ਇਹਨਾਂ ਨੇ ਅੰਮ੍ਰਿਤ ਵੀ ਛਕ ਲਿਆ, ਸਾਰਾ ਦਿਨ ਪਾਠ ਕਰਦੇ ਸੀ, ਸਾਰਾ ਦਿਨ ਪਾਠ ਕਰੀ। ਉਸ ਤੋਂ ਬਾਅਦ ਤੁਹਾਡੀ ਕਿੰਨੀ ਉਮਰ ਸੀ ਔਰ ਕੀ ਕੁਛ ਪਰਿਵਾਰ ਦੇ ਹਾਲਾਤ ਬਣੇ? ਮੈਂ 5-6 ਸਾਲ ਦਾ ਸੀ ਜੀ ਉਦੋਂ, ਤੇ ਉਹੀ ਮੈਂ ਤੁਹਾਨੂੰ ਦੱਸ ਰਿਹਾ ਨਾ ਸਾਰਾ। ਤੇ ਉਦੋਂ ਇਹਨਾਂ ਨੇ ਜਦੋਂ ਅੰਮ੍ਰਿਤ ਛਕ ਲਿਆ ਤੇ ਮਨ ਹੀ ਮਨ ਧਾਰ ਲਿਆ, ਇਹਨਾਂ ਨੇ ਕੇਹਰ ਸਿੰਘ ਨਾਲ ਪਲੈਨਿੰਗ ਕਰ ਲਈ ਬਈ ਅਸੀਂ ਇਹ ਕੰਮ ਕਰਨਾ। ਇਹਨਾਂ ਨੇ ਸਤਵੰਤ ਸਿੰਘ ਰਲਾ ਲਿਆ ਨਾਲ। ਰਲਾਉਣ ਤੋਂ ਬਾਅਦ ਇਹਨਾਂ ਨੇ ਮਤਲਬ ਇਹਦਾ ਪੂਰੇ ਜਿਹਨੂੰ ਕਹੀਦਾ ਨਾ ਫਿਰ ਸਿੱਖੀ ਯੋਧੇ, ਸਿੱਖਾਂ ਦੇ ਜਿੱਦਾਂ ਕੌਮ ਦੇ ਯੋਧੇ ਬਣ ਗਏ। ਇੱਕ ਤਾਂ ਇਹਨਾਂ ਨੇ ਜਦ ਇੰਦਰਾ ਗਾਂਧੀ ਮਾਰੀ ਇਹ ਭੱਜੇ ਨੀ, ਨਹੀਂ ਜੀ ਕਿਸੇ ਨੂੰ ਨੀ ਸੀ ਪਤਾ। ਮੈਂ ਅੱਜ ਤੁਹਾਨੂੰ ਦੱਸ ਦਿੰਦਾ ਅਫੀਸ਼ਲੀ, ਇੱਕ ਬੰਦੇ ਨੂੰ ਪਤਾ ਸੀ, ਉਹਦੇ ਕੋਲ ਸਾਡੇ ਪਾਸਪੋਰਟ ਵੀ ਪਏ ਸੀ। ਡੈਡੀ ਨੇ ਸਾਡੇ ਨੇ ਕਿਹਾ ਸੀ ਬਈ ਤੂੰ ਨਾ ਆਹ ਪਾਸਪੋਰਟ ਲੈ, ਮੇਰੇ ਨਿਆਣਿਆਂ ਨੂੰ ਅਮਰੀਕਾ ਦਾ ਜਹਾਜ਼ ਚੜਾ ਦੀਆਂ, ਚੱਕ ਪਾਸਪੋਰਟ, ਤੈਨੂੰ ਟਿਕਟਾਂ ਵੀ ਲੈ ਤੀਆਂ। ਸੀਗਾ ਕੋਈ ਬੰਦਾ, ਉਹ ਜਦੋਂ ਉਹਨਾਂ ਨੂੰ ਕਰਤਾ ਸਾਰਾ ਕੰਮ ਕਰਤਾ ਹੈ, ਉਹਨੇ ਨਾ ਜਦੋਂ ਪੁਲਿਸ ਅਫੋ ਤਬੜੀ ਪੈ ਗਈ ਤੇ ਉਹਨੇ ਸਾੜਤੇ ਉਹ ਗੈਸ ਤੇ ਰੱਖ ਕੇ। ਹੋਰ ਕਿਸੇ ਬੰਦੇ ਨੂੰ ਕੁਛ ਨਹੀਂ ਸੀ ਪਤਾ ਬਈ ਇਹਨਾਂ ਨੇ ਕੀ ਕਰਨਾ ਹੈ ਕੀ ਨਹੀਂ ਕਰਨਾ। ਉਹ ਬੰਦੇ ਨੇ ਕਿਹਾ ਤੇ ਕਹਿੰਦਾ ਯਾਰ ਤੂੰ ਆਹ ਕੰਮ ਲੱਗਿਆ ਨਾ ਕਰਨ ਵੀ ਮੈਂ ਇੰਦਰਾ ਗਾਂਧੀ ਨੂੰ ਦੱਸ ਦੇਣਾ। ਇਹ ਕਹਿੰਦੇ ਉਹਨੂੰ ਕਿਹਾ ਇਹਨਾਂ ਨੇ ਬਈ ਜੇ ਤੂੰ ਇੰਦਰਾ ਗਾਂਧੀ ਨੂੰ ਦੱਸ ਦੇਗਾ, ਮੰਨਿਆ ਵੀ ਤੂੰ ਜਾ ਕੇ ਦੱਸ ਦੇ, ਘਰੇ ਦੱਸ ਦੇ ਮੇਰੇ, ਫਿਰ ਕੀ ਇੰਦਰਾ ਗਾਂਧੀ ਮੈਨੂੰ ਛੱਡ ਦੂਗੀ? ਜਾਂ ਤਾਂ ਤੂੰ ਕਿਹਾ ਵੀ ਮੈਨੂੰ ਛੱਡ ਦੇਣਗੇ, ਮਾਰ ਤਾਂ ਇਹਨਾਂ ਨੇ ਫਿਰ ਵੀ ਮੈਨੂੰ ਦੇਣਾ ਹੀ ਹੈ, ਫਿਰ ਕਾਹਨੂੰ ਆਪਾਂ ਯੋਧਿਆਂ ਵਾਲੀ ਮੌਤ ਮਰੀਏ ਕਿ ਉਹਨੇ ਆਪਣੀ ਕੌਮ ਦੇ ਲੇਖੇ ਲੱਗੀਏ। ਫਿਰ ਇਹਨਾਂ ਨੇ ਉਹ ਕਰਤਾ ਸੀ। ਫਿਰ